subscribe to our youtube channel press the bell icon to get the latest up ਇੱਕ ਪਾਸੇ ਪ੍ਰਾਲੀ ਦੇ ਧੂਏਂ ਦੇ ਕਰਕੇ ਲੋਕਾਂ ਦਾ ਚਿਹਣਾ ਮੁਹਾਲ ਹੋਇਆ ਪਿਆ ਏ ਪਰ ਦੂਸਰੇ ਪਾਸੇ ਇਸ ਵਾਰ ਪ੍ਰਸ਼ਾਸਨ ਵੀ ਸਖਤ ਦਿਖਦਾ ਪਿਆ ਏ ਦਰਅਸਲ ਪ੍ਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਦੇ ਵਿੱਚ ਹੁਣ ਪੁਲਿਸ ਸਿੱਧਾ ਉਹਨਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਹੁੰਚ ਕੇ ਮੌਕੇ ਤੇ ਅੱਗ ਬਝਾਉਂਦੀ ਪਈ ਏ ਤੇ ਦੂਸਰੇ ਪਾਸੇ ਜਿਹੜੇ ਲੋਕ ਨਹੀਂ ਮੰਨਦੇ ਉਹਨਾਂ ਤੇ ਪਰਚੇ ਵੀ ਕੀਤੇ ਜਾ ਰਹੇ ਨੇ ਸਰ ਹੁਣ ਤੱਕ ਪਰਾਲੀ ਨੂੰ ਅੱਗ ਲਾਉਣ ਵਾਲੇ ਪਰਚੇ ਕਿੰਨੇ ਦਰਜ ਹੋ ਚੁੱਕੇ ਹੈ ਜੀ ਮਾਨਜੋਗ ਡੀਸੀ ਫਿਰੋਜ਼ਪੁਰ ਸ੍ਰੀ ਰਜੀਬ ਦਿਮਾਨ ਵੱਲੋਂ ਜੁੜੇ ਆਰਡਰ ਸਿਗੇ ਕਿ ਪਰਾਲੀ ਵਿੱਚ ਅੱਗ ਨਹੀਂ ਲਾਉਣਾ ਹੈ ਇਸ ਸਿਲਸਿਲੇ ਵਿੱਚ ਅੱਜ ਪੂਰੇ ਫਿਰੋਜ਼ਪੁਰ ਵਿੱਚ 24 ਪਰਚੇ ਦਰਜ ਹੋਏ ਨੇ ਤੇ ਜਿਹੜੀ ਧਾਰਾ ਲਾਈ ਗਈ ਹੈ ਉਹ ਹੈਗੀ 188 ਧਾਰਾ ਤੇ ਮੇਰੀ ਆਹੇ ਬੇਨਤੀ ਹੈ ਲੋਕਾਂ ਤੋਂ ਕਿ ਪਰਾਲੀ ਨੂੰ ਅੱਗ ਨਹੀਂ ਲਾਉਣ ਇਸ ਤੇ ਜਿਹੜਾ ਪੋਲੂਸ਼ਨ ਹੈ ਉਹ ਹੁੰਦਾ ਹੈ ਤੇ ਜਿਹੜਾ ਖੇਤੀ ਬੜੀ ਮਹੱਤਵਪੂਰਨ ਵੱਲੋਂ ਜਿਹੜਾ ਸਪੈਸ਼ਲਾਈਜ਼ਡ ਮਸ਼ੀਨ ਦਿੱਤੇ ਗਏ ਨੇ ਉਹ ਮਸ਼ੀਨ ਰਹੀ ਪ੍ਰਾਲੀ ਦਾ ਨਪਟਾਰ ਕਰਨ ਧੰਨਵਾਦ ਜੀ